ਉਧਰ ਐਸਵਾਈਐਲ ਨਹਿਰ ਦੇ ਮਾਮਲੇ ਤੇ ਹਰਿਆਣਾ ਦੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਨੇ ਕਿਹਾ ਕਿ ਇਨੈਲੋ ਵੱਲੋਂ ਅਜਿਹਾ ਮਹਿਜ਼ ਆਪਣੀ ਸਿਆਸੀ ਸਾਖ ਬਚਾਉਣ ਲਈ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਮਸਲੇ ਦੇ ਸੰਵਿਧਾਨਿਕ ਹੱਲ ਦੇ ਪੱਖ ਵਿੱਚ ਨੇ। ਸਿਸਟਮ ਦੇ ਵਿੱਚ ਐਸਾ ਸਟੇਟਮੈਂਟ ਇੱਕ ਪਾਰਟੀ ਦੇ ਮੁਖੀ ਵੱਲੋਂ ਆਉਣਾ ਨਿੰਦਣਯੋਗ ਆ। ਬੜੀ ਵੱਡੀ ਉਹਨਾਂ ਨੇ ਸਟੇਟਮੈਂਟ ਦਿੱਤੀ ਆ, ਪਰ ਮੈਂ ਕਹਾਂਗੀ ਇਹ ਗਿੱਦੜ ਧਮਕੀ ਆ, ਚੁਟਾਲਿਆਂ ਦੀ ਗਿੱਦੜ ਧਮਕੀ ਆ। ਕਿਉਂਕਿ ਜੈਸਾ ਹਾਲ ਅਤੇ ਹਸ਼ਰ ਪੰਜਾਬ ਦੇ ਵਿੱਚ 60 ML ਵਾਲੀ ਅਕਾਲੀ ਦਲ ਪਾਰਟੀ 15 'ਤੇ ਆ ਗਈ, ਉਦੋਂ ਮਾੜਾ ਹਾਲ ਹਰਿਆਣੇ ਦੇ ਵਿੱਚ ਅਨੈਲੋ ਦਾ ਹੋਣ ਜਾ ਰਿਹਾ। ਆਪਣੀ ਸਾਖ ਨੂੰ ਬਚਾਉਣ ਵਾਸਤੇ ਉਹ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੇ। ਇਹਨਾਂ ਬਿਆਨਾਂ ਤੋਂ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ, ਅਸੀਂ ਫੈਡਰਲ ਸਿਸਟਮ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਹਾਂ। ਜੇ ਉਹ ਐਸਾ ਬਿਆਨ ਦਿੰਦੇ ਆ, ਪੰਜਾਬ ਦੇ ਲੋਕਾਂ ਨੇ ਕੋਈ ਚੂੜੀਆਂ ਨਹੀਂ ਪਹਿਨੀਆਂ ਹੋਈਆਂ।